ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਟਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਰੈਗੂਲਰ ਰੂਟੀਨ ਦੇ ਵਿੱਚ ਮੈਨੂੰ ਇੱਕ ਮੈਸੇਜ ਆਉਂਦਾ ਜੀ, ਮੈਸੇਜ ਅੱਡ ਅੱਡ ਲੋਕਾਂ ਵੱਲੋਂ, ਅੱਡ ਅੱਡ ਪੇਰੈਂਟਸ ਵੱਲੋਂ ਕੀਤਾ ਜਾਂਦਾ। ਹਰ ਰੋਜ਼ ਦੀ ਤਰ੍ਹਾਂ ਕਹਿ ਲਓ ਕਿ 10 ਤੋਂ 15 ਕੁਇਰੀਜ਼ ਉਸ ਪਰਟੀਕੁਲਰ ਕੇਸ ਲਈ ਹੀ ਕੀਤੀਆਂ ਜਾਂਦੀਆਂ, ਪਰਟੀਕੁਲਰ ਫੀਲਡ ਲਈ ਹੀ ਕੀਤੀਆਂ ਜਾਂਦੀਆਂ ਨੇ। ਮੈਨੂੰ ਮੈਸੇਜ ਆਉਂਦੇ ਨੇ ਆਲ ਓਵਰ ਪੰਜਾਬ ਦੇ ਵਿੱਚੋਂ। ਕਈ ਵਾਰੀ ਇਹ ਵੀ ਹੁੰਦਾ ਕਿ ਮੈਂ ਜੋ ਅਪਡੇਸ਼ਨ ਪਾਉਂਦਾ ਕੋਈ ਵੀ ਕਿਸੇ ਵੀ ਤਰੀਕੇ ਦੀ, ਚਾਹੇ ਉਹ ਮੇਰੀ ਕੋਈ ਵੀਜ਼ਾ ਅਪਡੇਸ਼ਨ ਹੁੰਦੀ ਆ, ਚਾਹੇ ਕੋਈ ਮੇਰੀ ਵੀਡੀਓ ਹੁੰਦੀ ਆ ਕਿਸੇ ਪਰਟੀਕੁਲਰ ਫੀਲਡ ਨਾਲ ਰਿਲੇਟਡ, ਤਾਂ ਉਹਦੇ ਥੱਲੇ ਵੀ ਕਮੈਂਟ ਆਉਂਦੇ ਨੇ। ਕਮੈਂਟ ਕੀਤਾ ਜਾਂਦਾ, ਸਰ ਤੁਸੀਂ ਸਕੂਲਿੰਗ ਵੀਜ਼ਾ ਨਾਲ ਡੀਲ ਕਰਦੇ ਹੋ। ਸਕੂਲਿੰਗ ਵੀਜ਼ਾ, ਪਹਿਲੀ ਗੱਲ ਤਾਂ ਸਕੂਲਿੰਗ ਵੀਜ਼ਾ ਸੀ ਆਈ ਸੀ ਅੰਡਰ ਕੋਈ ਐਸੀ ਕੋਈ ਕੈਟਾਗਰੀ ਹੈ ਹੀ ਨਹੀਂ ਗੀ। ਸਕੂਲਿੰਗ ਵੀਜ਼ਾ, ਸਟੱਡੀ ਇਨ ਕੈਨੇਡਾ ਐਜ਼ ਅ ਮਾਈਨਰ ਸਟੂਡੈਂਟ, ਇਹ ਉਹਨਾਂ ਨੇ ਰੱਖਿਆ ਹੋਇਆ ਗਾ। ਤੁਸੀਂ ਅਪਲਾਈ ਕਰ ਸਕਦੇ ਹੋ, ਤੁਸੀਂ ਆਪਣੇ ਮਾਈਨਰ ਸਟੂਡੈਂਟਸ ਦਾ ਕੇਸ ਅਪਲਾਈ ਕਰ ਸਕਦੇ ਹੋ। ਪਰ ਪਹਿਲੀ ਇੱਕ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਸਾਡੀ ਕੰਪਨੀ ਜੋ ਸੋ ਕਾਲਡ ਸਕੂਲਿੰਗ ਵੀਜ਼ਾ ਦੇ ਨਾਲ ਡੀਲ ਨਹੀਂ ਕਰਦੀ, ਅਸੀਂ ਡੀਲ ਨਹੀਂ ਕਰਦੇ। ਮੈਂ ਐਡ ਵੀ ਦੇਖਦਾ ਹਾਂ ਰੈਗੂਲਰ ਟੀ ਵੀ ਦੇ ਉੱਤੇ, ਅਖਬਾਰਾਂ ਦੇ ਵਿੱਚ ਸਕੂਲਿੰਗ ਵੀਜ਼ਾ ਲਿਖ ਕੇ ਐਡ ਪਾਈ ਜਾਂਦੀ ਆ। ਹਾਲਾਂਕਿ ਐਸੀ ਕੋਈ ਕੈਟਾਗਰੀ ਨਹੀਂ ਹੈੜੀ, ਜਿਹੜੀ ਚੀਜ਼ ਦੀ ਕੈਟਾਗਰੀ ਨਹੀਂ ਬਣਾਈ ਗੌਰਮੈਂਟ ਨੇ, ਜਾਂ ਜਿਹਦਾ ਨਾਂ ਹੀ ਗਲਤ ਲਿਖਿਆ ਜਾ ਰਿਹਾ, ਸਿਰਫ ਤੇ ਸਿਰਫ ਭਰਮਾਉਣ ਦੇ ਲਈ ਲੋਕਾਂ ਨੂੰ। ਦੇਖੋ, ਅਪਲਾਈ ਕੀਤਾ ਜਾ ਸਕਦਾ ਕੇਸ, ਮਾਈਨਰ ਸਟੂਡੈਂਟ ਨੂੰ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਕੈਨੇਡੀਅਨ ਗੌਰਮੈਂਟ ਨੇ ਇੱਕ ਰਾਹ ਦਿੱਤਾ ਹੋਇਆ ਕਿ ਤੁਸੀਂ ਕਿਸੇ ਕੰਟਰੀ ਤੋਂ ਐਜ਼ ਏ ਇਮੀਗ੍ਰੈਂਟ ਸਾਡੇ ਕੋਲ ਆ ਕੇ ਸਕੂਲਿੰਗ ਵੀਜ਼ਾ ਸਕੂਲ ਦੇ ਵਿੱਚ ਸਕੂਲਿੰਗ ਸਟੱਡੀ ਐਜ਼ ਆ ਮਾਈਨਰ ਸਟੂਡੈਂਟ ਕਰ ਸਕਦੇ ਹਾਂ, ਜਿਹਨੂੰ ਅਸੀਂ ਸਕੂਲਿੰਗ ਵੀਜ਼ਾ ਕਹਿੰਦੇ ਹਾਂ। ਪਰ ਸਾਡੀ ਕੰਪਨੀ ਇਸ ਨਾਲ ਡੀਲ ਨਹੀਂ ਕਰਦੀ। ਉਹਦੇ ਪਿੱਛੇ ਕਾਰਨ ਸਿਰਫ ਇੱਕ ਇਹ ਆ ਜੀ ਕਿ ਇਹਦਾ ਜਿਹੜਾ ਸਕਸੈਸ ਰੇਟ ਆ ਨਾ, ਉਹ ਬਹੁਤ ਜ਼ਿਆਦਾ ਲੋਅ ਆ, ਅਤੇ ਇਹ ਇੱਕ ਚੰਗਾ ਤਰੀਕਾ ਨਹੀਂ ਗਾ ਕੈਨੇਡਾ ਦਾ ਕੇਸ ਅਪਲਾਈ ਕਰਨ ਦੇ ਲਈ। ਉਹਦੇ ਪਿੱਛੇ ਕਾਰਨ ਇਹ ਬਣ ਜਾਂਦਾ ਕਿਉਂਕਿ ਮੋਸਟ ਆਫ ਦਾ ਟਾਈਮ ਜਿਹੜਾ ਮੇਰੇ ਤੋਂ ਇਹ ਚੀਜ਼ ਪੁੱਛੀ ਜਾਂਦੀ ਹੈ ਕਿ ਤੁਸੀਂ ਸਕੂਲਿੰਗ ਵੀਜ਼ਾ ਕਰਦੇ ਹੋ, ਪੇਰੈਂਟਸ ਵੱਲੋਂ ਇਸ ਲਈ ਪੁੱਛੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਇਹ ਵੀ ਨਾਲ ਕਿਹਾ ਜਾਂਦਾ ਕਿ ਪੇਰੈਂਟ ਵੀ, ਇੱਕ ਪੇਰੈਂਟ ਐਜ਼ ਅ ਗਾਰਡੀਅਨ ਜਾ ਸਕਦਾ ਆ ਨਾਲ, ਅਤੇ ਬਿਲਕੁਲ ਉਹ ਸਹੀ ਹੈ ਜੀ। ਪੇਰੈਂਟ ਵੀ ਇੱਕ ਇਹੋ ਜੀ, ਦੈਟ ਇਜ਼ ਆਲਸੋ ਪੋਸੀਬਲ ਵੀ ਤੁਸੀਂ ਐਜ਼ ਏ ਪੇਰੈਂਟ ਨਾਲ ਅਪਲਾਈ ਕਰ ਸਕਦੇ ਹੋ। ਪੇਰੈਂਟ ਜਾ ਸਕਦਾ ਆ ਇੱਕ, ਜਾਂ ਇੱਕ ਲੀਗਲ ਗਾਰਡੀਅਨ ਜਾ ਸਕਦਾ ਆ, ਪਰ ਅਪਲਾਈ ਕਰ ਸਕਦੇ ਹਾਂ, ਵੀਜ਼ਾ ਪ੍ਰੋਬੇਬਿਲਿਟੀ ਬਹੁਤ ਘੱਟ ਆ। ਇਸ ਕਰਕੇ ਸਾਡੀ ਕੰਟਰੀ ਕੇਸ ਇਹ ਨਹੀਂ ਲੈਂਦੀ ਜੀ। ਮੈਂ ਪਲੀਜ਼ ਇਹੀ ਕਹਿਣ ਦੇ ਲਈ ਅੱਜ ਲਾਈਵ ਹੋਇਆ ਕਿ ਤੁਸੀਂ ਇਸ ਕੁਐਰੀ ਲਈ ਜਾਂ ਇਸ ਚੀਜ਼ ਨੂੰ, ਇਸ ਕੇਸ ਨੂੰ ਅਪਲਾਈ ਕਰਨ ਦੇ ਲਈ ਮੈਕਰੋ ਗਲੋਬਲ ਦੇ ਨਾਲ ਸੰਪਰਕ ਨਾ ਕਰੋ। ਮੇਨਲੀ ਸਟੂਡੈਂਟ ਸਕੂਲਿੰਗ ਵੀਜ਼ਾ, ਜਿਹਨੂੰ ਅਸੀਂ ਕਹਿੰਦੇ ਹਾਂ ਸੋ ਕਾਲਡ ਸਕੂਲਿੰਗ ਵੀਜ਼ਾ, ਅਪਲਾਈ ਕਰਨ ਦੇ ਲਈ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਟਿਊਟਸ ਦੇ ਨਾਲ ਸੰਪਰਕ ਨਾ ਕਰੋ, ਕਿਉਂਕਿ ਅਸੀਂ ਇਹ ਕੇਸ ਅਪਲਾਈ ਨਹੀਂ ਕਰਦੇ। ਰੀਜ਼ਨ ਬਿਹਾਈਂਡ ਵੈਰੀ ਲੋ ਸਕਸੈਸ ਰੇਟ, ਕੀ ਕਹਿਣਾ 100 ਪਿੱਛੇ ਇੱਕ ਵੀਜ਼ਾ ਆਵੇ, ਐਂਡ ਅਸੀਂ ਉਹ ਕੇਸ ਨਹੀਂ ਫੜਦੇ। ਜਿਹੜੇ ਲੋਕ ਐਡਵਰਟੀਜ਼ਮੈਂਟਸ ਇਹ ਦਿੰਦੇ ਨੇ, ਉਹਨਾਂ ਤੋਂ ਹੀ ਤੁਸੀਂ ਪਲੀਜ਼ ਜਾ ਕੇ ਪੁੱਛੋ, ਉਹਨਾਂ ਦੇ ਥਰੂ ਹੀ ਅਪਲਾਈ ਕਰੋ। ਆਪਾਂ ਇਹ ਕੇਸ ਅਪਲਾਈ ਨਹੀਂ ਕਰਦੇ। ਕੈਨੇਡਾ 'ਚ ਡਿਪਲੋਮਾ ਬਿਲਕੁਲ ਬੰਦ ਨਹੀਂ ਹੋਇਆ ਸ਼ਿਵਮ ਸ਼ਰਮਾ ਜੀ, ਕੈਨੇਡਾ ਅੱਜ ਵੀ ਡਿਪਲੋਮਾ ਦੇ ਉੱਤੇ ਹੀ ਕੇਸ ਅਪਲਾਈ ਹੋ ਰਹੇ ਨੇ। ਮੈਕਸੀਮਮ ਜੇ 100 ਵੀਜ਼ਾ ਆਉਂਦਾ ਕਿਸੇ ਕੰਸਲਟੈਂਟ ਦਾ, ਤਾਂ ਵਿੱਚੋਂ 95 ਵੀਜ਼ਾਸ ਡਿਪਲੋਮਾ ਦੇ ਅੰਡਰ ਹੀ ਆਉਂਦੇ ਨੇ। ਅੱਜ ਵੀ 95% ਜਿਹੜੀ ਰੇਸ਼ੋ ਆ ਸਟੂਡੈਂਟਸ ਦੀ ਡਿਪਲੋਮਾ 'ਚ ਹੀ ਜਾ ਰਹੀ ਆ, ਅਤੇ 95% ਕਾਲਜਸ ਦੇ ਵਿੱਚ ਹੈ ਵੀ ਡਿਪਲੋਮਾ ਹੀ ਆ। ਕੋਈ ਰੂਲ ਹਾਰਡ ਬਿਲਕੁਲ ਕੀਤੇ ਸੀਗੇ ਜੀ ਨਵਪ੍ਰੀਤ ਜੀ, ਰੂਲ ਹਾਰਡ ਕਰਨ ਦੇ ਪਿੱਛੇ ਕਾਫੀ ਕਾਰਨ ਬਣੇ ਨੇ। ਮਿਸਪ੍ਰੈਜੈਂਟੇਸ਼ਨ ਇਨ ਅੰਬੈਸੀ, ਗਲਤ ਤਰ੍ਹਾਂ ਦੇ ਕੇਸ ਪੁੱਟਅਪ ਕਰਨੇ, ਵੀਕ ਕੇਸ ਪੁੱਟਅਪ ਕਰਨੇ, ਨੋਨ ਐਸ ਪੀ ਪੀ ਜ਼ਿਆਦਾ ਤਾਦਾਦ ਦੇ ਵਿੱਚ ਨੋਨ ਐਸ ਪੀ ਪੀ ਕੇਸ ਅਪਲਾਈ ਹੋ ਜਾਣੇ, ਜਿਹੜੇ ਲੋਕਾਂ ਦਾ, ਜਿਹੜੇ ਲੋਕ ਐਲੀਜੀਬਲ ਨਹੀਂ ਸੀਗੇ ਉਹਨਾਂ ਦੇ ਕੇਸ ਵੀ ਅਪਲਾਈ ਕਰਦੇ ਨੇ, ਜਾਂ ਜਿਨ੍ਹਾਂ ਨੇ ਕੇਸ ਅਪਲਾਈ, ਜਿਨ੍ਹਾਂ ਦੇ 5.5 ਬੈਂਡ ਸੀਗੇ ਜਾਂ 5 ਬੈਂਡ ਸੀਗੇ ਉਹਨਾਂ ਦੇ ਕੇਸ ਅਪਲਾਈ ਕਰਦੇ ਨੇ। ਔਫਰ ਬੂਟਾ ਗਿੱਲ ਜੀ, ਕਾਫੀ ਪ੍ਰੋਬਲਮ ਚੱਲ ਰਹੀ ਆ ਔਫਰ ਲੈਟਰਸ ਨੂੰ ਲੈ ਕੇ, ਪਰ ਆ ਰਹੀਆਂ ਨੇ ਰੈਗੂਲਰ ਰੂਟੀਨ ਦੇ ਵਿੱਚ। ਮੈਂ ਸਿਰਫ ਇਹੀ ਕਹੂੰਗਾ ਹਰ ਸੁਣਨ ਵਾਲੇ ਸਰੋਤੇ ਨੂੰ, ਤੁਹਾਡਾ ਕੇਸ ਚਾਹੇ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਅਪਲਾਈ ਹੋਇਆ, ਇੱਧਰ ਉੱਧਰ ਨਾ ਭੱਜੋ। ਇੱਧਰ ਉੱਧਰ ਕੋਈ ਭੱਜਣ ਦਾ ਫਾਇਦਾ ਨਹੀਂ ਹੈਗਾ ਜੀ। ਔਫਰ ਲੈਟਰ ਨੂੰ 2 ਮੰਥ ਹੋ ਗਏ ਤਾਂ ਕੋਈ ਐਡੀ ਗੱਲ ਨਹੀਂ ਹੈ, ਰਿਲੈਕਸ ਰਹੋ।
पेशेंस रख के घर बैठो वेट करो। सी आई सी ने काफ़ी सख्ती की है, कॉलेजेस काफ़ी सख्त हो गए, कॉलेजेस काफ़ी कंसर्नड हो गए इन्होंने चीज़ों लैके भी किहोजी ऑफर लैटर किहोजे बच्चों किस तरीके रिलीज़ करनी है। आप सिर्फ तो सिर्फ पेशेंस रख के असी बस वेट करिए, आ जाएंगे ऑफर लैटरस। बाकी गगन सिंह जी मैं हमने दस के हटिया कि सारी यही प्रॉब्लम चल रही है, ऑल ओवर पंजाब यह प्रॉब्लम चल रही है भी ऑफर लैटरस नहीं आ रही। इनू आप थोड़ा जि बस पेशेंस रख के वेट करिए, आ रही ने ऑफर लैटर, ऐसी कोई गल नहीं हैगी कि ऑफर लैटरस आ नहीं रही, आ रही ने। कुछ कॉलेजेस जिमें कि 5-7 कैंपस आ, मैं ना नहीं लूँगा, ब्रैम्पटन के जेडे बहरले एरिए तो ब्रैम्पटन तो दूर 100-200 किलोमीटर दूरों ब्रैम्पटन के मूव हुए सी, उन्होंने काफ़ी रिजर्ड हुई आ सी आई सी, काफ़ी सख्त डिसीजन ले ने उन्हां खिलाफ़, तां करके थोड़ा जे हर कॉलेज ही थोड़ा जा इस चीज़ नूं लैके थोड़ा जा कंसर्नड हो गया कि क्योंकि पिछले साल के दौरान काफ़ी आपां गंद पैना ही कह लांगे उन्हूं गंद पिया, काफ़ी कैनेडा पहुँचे भी ने वीक स्टूडेंट, काफ़ी होर कॉलेजेस इहो जे कॉलेजेस विच पहुँच के स्टूडेंट जिथे उन्हां दा कोई फ्यूचर नहीं गा, तां सी आई सी ने सारा कुछ देखते हुए थोड़ा जा रिजिड बिहेवियर रख लिया। जिवें अगे ही हमेशा आपदे वीडियोज़ दौरान यही कहना हुंदा कि आपां थोड़ा जा आप भी ध्यान रखिए भी जे असी एलिजिबल नहीं गए धक्के नाल केस ना अपलाई करिए, क्योंकि कई इमीग्रेशन कंसल्टेंट का सिर्फ मेन कारण ही है कि बस फाइल कट्ठियां करो, पुटअप करो, जो भी आउंदा जिन्ना भी आउंदा किसी को लैके एक बारी फाइल सैट दो, वीज़ा ना आना बाद चो देखांगे जो भी होगा। सो आपां ओ चीज़ां किते ना किते साडे लई नुकसानदेह होईयां ने। अज मेरी तुसीं पिछले टीवी शो कढ के देख लो, उहदे विच भी मैं यही गल कहिंदा हुंदा सी कि प्लीज़ रूल्स एंड रेगुलेशनस नूं फॉलो करके केस पुटअप करो, ये ना होवे कि आने वाले दिनों दे विच सानूं प्रॉब्लम फेस करनी पवे, जिवें सानूं आस्ट्रेलिया ने AL3 च लै लिया सी, उवें कनेडा भी सानूं किते साडे प्रति जिहड़ा उहदा बिहेवियर चंगा सी जां लीनियंट सी उहनूं सख्त रवैया अख्तियार कर लेवे। हुण उहने कर लिया सी पिछे दे तकरीबन सप्टेंबर सैशन दे विच बहुत भारी मात्रा दे विच रिफ्यूजल्स दा सामना करना पिया, हुण ऑफर लैटरस दा लेट होना, कॉलेजेस वल्लों ऑफर लैटरस नूं डिले करना, देखो ये सारा प्रोसैस कॉलेजेस दे हत्थ आ। कॉलेजेस हुण बहुत ही ध्यान दे नाल ऑफर लैटरस इशू करूगा, चंगे तरीके नाल ऑफर लैटरस इशू होणगीआं। तुसीं सारे पेशेंस रख के घर बैठो, आराम नाल आपदा आपते वर्कआउट करो, आपदियां लैंग्वेजेस दे उत्ते वर्कआउट करो, सी आई सी पढ़ो, आपदे जो कोर्स अप्लाई किया उहदे कॉन्टेंट बारे नॉलेज इकट्ठी करो, जल्दबाजी ना करो, इधर उधर भज के कुछ नहीं होना, जिथे जिथे तुहाडा केस अप्लाई होया होया उत्थे रिलैक्स हो के बैठो, महाराज कृपा करूगा सच्चे पातशाह, तां सब दियां ही ऑफर लैटरस आउणगीआं, वीज़ाज़ भी मिलणगे जिन्हां दे चंगे केस ने, क्योंकि 2-4 गल्लां मैं तुहानूं होर दसणियां चाहुंदा कि सिर्फ ते सिर्फ सी आई सी ने यही नहीं है भी एक ऑफर लैटरस देरी होण दा सख्त रवैया सिर्फ कॉलेजों प्रति ही अख्तियार किया, स्टूडेंट प्रति भी सी आई सी ने एक सख्त रवैया अख्तियार करना गा। जिहड़े स्टूडेंट उत्थे जाके नहीं पढ़नगे चंगे तरीके ना, नंबर उन्होंने चंगे नहीं आउणगे, वधिया तरीके नाल पास नहीं होणगे, जां घट उन्हां दी परसेंटेज रहूगी उत्थे, तां उन्हां नूं अगे जाके काफ़ी प्रॉब्लम आ सकती है, जिवें कि वीज़ा एक्सटेंशन दे विच, वर्क परमिट्स दे विच, जिन्हां दे कॉलेजेस बहुत माड़े ने, जिवें कई इत्थों साडे इमीग्रेशन वाले वीर इहो जिहे कॉलेज पा रहे ने जिहड़े SPP दी लिस्ट दे विच ही नहीं गए, होर ही कॉलेज पता नहीं ना भी नहीं सुनिया हुंदा, मैनूं तां उत्थे ब्रैम्पटन ऑफिस जाके पता लग्गिया कि इहो जिहे कॉलेज भी इत्थे कनेडा दे विच ने जित्थों साडे पंजाब दे स्टूडेंट आके पढ़ रहे ने। उन्हां ने जान सारी उन्हां स्टूडेंट्स नूं कहता कि असीं वर्क परमिट की कोई गरंटी नहीं लैंदे। सो उस सख्त रवैये नूं उस कारण साडी सी आई सी ने साडे प्रति सख्त रवैया अख्तियार कर लिया। आपां प्लीज़ इस चीज़ नूं ध्यान च रखिए कि आपां थोड़ा जिहा टाइम रखिए, टाइम दईए आपदे आप नूं, आपदी इमीग्रेशन कंसल्टेंट नूं, हरेक इमीग्रेशन कंसल्टेंट दा जोर लग्या होया कि वह आपदे कस्टमर नूं फुली सैटिस्फाइड करे। जेखो जे तुहाडियां ऑफर लैटरस आउणगीआं, केस अपलाई होणगे, तां ही साडी रोजी रोटी चलूगी, साडे रोज़गार दा साधन इही आ। पर कुछ की कहिंदे हुंदे, इक गंदी मच्छी कहिंदे हुंदे सारे तलाअ नूं गंदा कर दिंदी आ, उस कारण करके ही किते ना किते अज इह सानूं इन्हां मुश्किलां दा सामना करना पै रिहा। असीं वी आपदा इमीग्रेशन कंसल्टेंट करियर काउंसलर चूज़ करन तो पहला 10 वारी सोचा करिए, जिहड़ियां अट्रैक्टिव एडवरटीजमेंट्स आ उन्हां वल उन्हां दा शिकार ना होइए, उन्हां दे उस कारण सानूं अज इह जिहड़ा सख्त रवैया साडे प्रति जां जिहड़ी रिजिडनैस जां जिहड़ी स्ट्रिक्टनैस सी आई सी ने साडे प्रति अख्तियार कीती उहदा इह कारण आ।
ਸੋ ਮੈਂ ਇੰਨਾ ਕਹਿੰਦਾ ਹੋਇਆ ਬਸ ਖਿਮਾ ਦਾ ਜਾਚਕਾਂ। ਬਾਕੀ ਜੋ ਵੀ ਤੁਹਾਡੀ ਕੁਐਰੀਜ਼ ਹੋਣਗੀਆਂ ਉਹ ਤੁਸੀਂ ਮੈਨੂੰ ਇਨਬਾਕਸ ਕਰ ਸਕਦੇ ਹੋ। ਬਾਕੀ ਮੇਨ ਜਿਹੜੇ ਮੈਂ ਗੱਲ ਕਹਿਣਾ ਸੀ, ਸੋ ਕਾਲਡ ਸਕੂਲਿੰਗ ਵੀਜ਼ਾ ਵੀ ਡੋਂਟ ਡੀਲ ਕੈਨ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਟਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼, ਸਕੂਲਿੰਗ ਵੀਜ਼ਾ, ਸਟੱਡੀ ਇਨ ਕੈਨੇਡਾ ਐਜ਼ ਅ ਮਾਈਨਰ ਸਟੂਡੈਂਟ ਅਸੀਂ ਡੀਲ ਨਹੀਂ ਕਰਦੇ, ਬਹੁਤ ਘੱਟ ਸਕਸੈਸ ਰੇਟ ਆ। ਪਲੀਜ਼ ਪਲੀਜ਼ ਸਾਡੇ ਕੋਲ, ਸਾਡੀ ਕੰਪਨੀ ਇਹ ਕੇਸ ਡੀਲ ਨਹੀਂ ਕਰੂਗੀ ਜਿੱਥੋਂ ਹੈ, ਜਿਨ੍ਹਾਂ ਦੀਆਂ ਤੁਸੀਂ ਐਡਵਰਟੀਜ਼ਮੈਂਟਸ ਪੜ੍ਹਦੇ ਹੋ, ਸ਼ਾਇਦ ਉਹਨਾਂ ਕੋਲ ਕੋਈ ਇਹ ਜਿਹਾ ਤਰੀਕਾ ਹੋਵੇ, ਸ਼ਾਇਦ ਉਹਨਾਂ ਨੂੰ ਪਤਾ ਹੋਵੇ ਉਸ ਵਿੱਚ ਸਕਸੈਸ ਰੇਟ ਕਿਵੇਂ ਵਧਾਇਆ ਜਾ ਸਕਦਾ ਜਾਂ ਕੱਢਿਆ ਜਾ ਸਕਦਾ, ਉਹਨਾਂ ਨਾਲ ਤੁਸੀਂ ਸੰਪਰਕ ਕਰੋ। ਪਰ ਸਕਸੈਸ ਰੇਟ ਬਹੁਤ ਲੋਅ ਹੋਣ ਦੇ ਕਾਰਨ ਅਸੀਂ ਇਹਨਾਂ ਕੇਸਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਡੀਲ ਨਹੀਂ ਕਰਦੇ। ਥੈਂਕ ਯੂ ਵੈਰੀ ਮੱਚ।